ਪਿੰਜੂ ਕਦੀ ਟੀਮ ਹੈ ਇੱਕ ਪਾਸੇ ਹੁਣ ਪਾਲੇ ਪ੍ਰਧਾਨ ਦੇ ਸਾਰਿਆਂ ਦੀ ਟੀਮ ਖੇਡਦੀ ਹੈ ਲੈ ਵੀ ਪਾਲਾ ਪ੍ਰਧਾਨ ਮਾਰ ਲੱਗ ਗਈ ਜੀ ਹੱਥ ਲਓ ਖੇਡ ਮੈਦਾਨ ਵਿੱਚ ਦੇਖ ਲੈ ਵੀ ਇਧਰ ਗੰਗਾ ਵਾਲਾ ਗੁਰਲਾਲ ਕਹਿੰਦੇ ਪੁਆਇੰਟ ਜੰਡਾ ਵਾਲਾ ਪਿੰਜੂ ਕਦੀ ਟੀਮ ਦੇ ਲਈ ਜੁੜਦਾ ਸ਼ੀਆ ਰੈਫਰੀਆਂ ਦੇ ਲਈ 100-100 ਰੁਪਏ ਦਾ ਮਾਣ ਜਸਪਾਲ ਸਿੰਘ ਦੀ ਘੋੜੀਆਂ ਵਾਲੇ ਵੱਡਾ ਮਾਣ ਸਨਮਾਨ ਦਿੰਦੇ ਆ ਸੁਖਮੰਦਰ ਨੂੰ ਵੀ ਫੜਾ ਦਿਓ ਜੀ ਉਹ ਲੈ ਲੈਣਗੇ ਲਓ ਇਧਰਲੇ ਪਾਸੇ ਦੇਖ ਲੈ ਵੀ ਨੌਜਵਾਨ ਦੀ ਪਾਈ ਹੋਈ ਕਬੱਡੀ ਰੈੱਡ ਤੇ ਆ ਸਤਵਿੰਦਰ ਗਿੱਲ ਨਹੀਂ ਰੀਸਾ ਨਹੀਂ ਰੀਸਾ ਮਾਰ ਦੋ ਤਾੜੀਆਂ ਕਹਿੰਦੇ ਵੀ ਇਸ ਵੇਲੇ ਪਾਲੇ ਪ੍ਰਧਾਨ ਦਾ ਰਿਸ਼ਤੇਦਾਰ ਹੈ ਜਿਹਨੇ ਇਸ ਵੇਲੇ ਜੱਫਾ ਲਾਇਆ ਮੇਰੀ ਵੀਰੋ ਅੰਕ ਜਾਫੀ ਦਾ ਪਾਲੇ ਪ੍ਰਧਾਨ ਵੱਲੋਂ 100 ਰੁਪਇਆ ਸਤਵਿੰਦਰ ਗਿੱਲ ਦੇ ਲਈ ਹੈ ਪਾਲੇ ਪ੍ਰਧਾਨ ਵੱਲੋਂ ਜਾਫੀ ਦੇ ਲਈ ਅਰਵਿੰਦ ਸਿੰਘ ਜੀ ਸਿਆਗ ਪਿੰਡ ਝੁੰਡਿਆਂ ਵਾਲੀ ਤੋਂ 1100 ਰੁਪਏ ਟੂਰਨਾਮੈਂਟ ਕਮੇਟੀ ਦੇ ਲਈ ਸਹਿਯੋਗ ਭੇਜਦੇ ਆ 100 ਰੁਪਇਆ ਸੁਖੇ ਵੱਲੋਂ ਸਤਵਿੰਦਰ ਜਾਫੀ ਦੇ ਲਈ ਸੁਖੇ ਵੱਲੋਂ 100 ਰੁਪਇਆ ਦਵਿੰਦਰਪਾਲ ਸਰਪੰਚ ਆਖਦੇ ਵੀ ਜਿਹੜੀ ਇਸ ਮੈਚ ਵਿੱਚ ਟੀਮ ਜਿੱਤੇਗੀ ਉਹਨੂੰ 200 ਰੁਪਇਆ ਹੈ ਦਵਿੰਦਰਪਾਲ ਸਰਪੰਚ ਜੀ ਮੋਲਾ ਵਾਲੇ ਆਖਦੇ ਜਿਹੜੀ ਟੀਮ ਜਿੱਤੋ ਉਹਨੂੰ 200 ਰੁਪਇਆ 200 ਰੁਪਇਆ ਗੁਰਤੇਜ ਸਿੰਘ ਜੀ ਸਰਪੰਚ ਵੱਲੋਂ ਜੇਤੂ ਟੀਮ ਨੂੰ ਤੇ ਮੇਜਰ ਮੈਨੇਜਰ ਸਾਡੇ ਅਵਤਾਰ ਸਿੰਘ ਜੀ ਬਰਾੜ ਸਾਹਿਬ ਬੈਂਕ ਮੈਨੇਜਰ ਜੇਤੂ ਟੀਮ ਦੇ ਲਈ 200 ਰੁਪਏ ਦਾ ਐਲਾਨ ਕਰਦੇ ਆ ਵੱਡਾ ਧੰਨਵਾਦ ਇਹਨਾਂ ਸਤਿਕਾਰਯੋਗ ਸ਼ੀਸ਼ੇ ਤਨਾ 100 ਰੁਪਇਆ ਸਤਵਿੰਦਰ ਦੇ ਲਈ ਸੁਖੇ ਵੱਲੋਂ ਪੱਪੀ ਕਢਿਆਣਾ ਸਤਵਿੰਦਰ ਗਿੱਲ ਦੇ ਲਈ 100 ਰੁਪਇਆ ਭੇਜਦੇ ਪੱਪੀ ਕਢਿਆਣਾ ਜੀ ਸਤਵਿੰਦਰ ਗਿੱਲ ਵਾਸਤੇ ਬਲਵਿੰਦਰ ਬਰਾੜ ਭਲੇਰੀਆਂ ਵਾਲੇ 100 ਰੁਪਇਆ ਮਾਨ ਸਨਮਾਨ ਭੇਜਦੇ ਲਓ ਪਹਿਲਾ ਸੈਮੀਫਾਈਨਲ ਮੈਚ ਕੋਠੇ ਹਿੰਮਤਪੁਰਾ ਵਰਸੇ ਦੀ ਕਾਂਗਾ ਖਾਰਾ ਵਰਸੇ ਦੀ ਜੇਤੂ ਕੋਠੇ ਹਿੰਮਤਪੁਰਾ ਵਰਸੇ ਦੀ ਕਾਂਗਾ ਮੇਰੇ ਵੀਰੋ ਪਹਿਲੇ ਸੈਮੀਫਾਈਨਲ ਮੈਚ ਦੀਆਂ ਟੀਮਾਂ ਜਲਦੀ ਖੇਡ ਗਰਾਊਂਡ ਵਿੱਚ ਆ ਜਾਣ ਇੱਧਰ ਆਤਿਸ਼ਬਾਜ਼ੀ ਦਾ ਨਜ਼ਾਰਾ ਵੀ ਆਪਾਂ ਦੇਖਾਂਗੇ ਜਦੋਂ ਫਾਈਨਲ ਮੈਚ ਦੀ ਸਮਾਪਤੀ ਹੋਵੇਗੀ ਆਤਿਸ਼ਬਾਜ਼ੀ ਵੀ ਹੋਣੀ ਹੈ ਇੱਧਰ ਸੁਖਵੀਰ ਜੀ ਸਾਰਾ ਪ੍ਰਬੰਧ ਕਰ ਰਹੇ ਆਤਿਸ਼ਬਾਜ਼ੀ ਦਾ ਲਓ ਸੈਮੀ ਤੋਂ ਪਹਿਲਾਂ ਬਈ ਵਾਹ ਮਾਰ ਦੋ ਤਾੜੀਆਂ ਖੇਡ ਮੈਦਾਨ ਵਿੱਚ ਕਹਿੰਦੇ ਨਾਗਰ ਗੁਰਪਿਆਰ ਸਿੰਘ ਦੀ ਕਬੱਡੀ ਹੈ ਉਧਰਲੇ ਪਾਸੇ ਸਤਵਿੰਦਰ ਗਿੱਲ ਨੇ ਦਿੱਤਾ ਝਾਕਾ ਲਓ ਦੇਖ ਲੈ ਵੀ ਕੱਢੀ ਖੁੱਚ ਨਾਗਰ ਨੇ ਮਾਰ ਦੋ ਤਾੜੀਆਂ ਤੋਲਤਾ ਮੰਡੀ ਕਰਦੇ ਕੰਨੇ ਵਾਂਗੂ ਲਓ ਪੁਆਇੰਟ ਜਿਹੜਾ ਪੁਆਇੰਟ ਕਿਹਦਾ ਜੀ ਪੁਆਇੰਟ ਰੇਡਰ ਦਾ ਪੁਆਇੰਟ ਜਿਹੜਾ ਰੇਡਰ ਦਾ ਕੋਈ ਗੱਲ ਨੀ ਸਤਵਿੰਦਰ ਬਹੁਤ ਸਿਆਣੇ ਖਿਡਾਰੀ ਹੈ ਨੌਜਵਾਨੋ ਕੋਈ ਗੱਲ ਨੀ ਕੋਈ ਗੱਲ ਨੀ ਜਿਸ ਕਾਰਨ ਸਰਾਂ ਆਖਦਾ ਵੀ 3 ਜਫੇ ਤੇ 500 ਰੁਪਇਆ 3 ਜਫੇ 500 ਰੁਪਇਆ ਸਾਡੇ ਕੋਲ ਜਮ੍ਹਾਂ ਹੈ ਜਿਸ ਕਾਰਨ ਸਰਾਂ ਵੱਲੋਂ ਹੋਵੇਗਾ ਜਿਹੜਾ ਜਾਫੀ 3 ਜਫੇ ਲਾਵੇਗਾ ਕਾਕਾ ਡਾਕਟਰ ਜੀ 100 ਰੁਪਇਆ ਮਾਨ ਸਨਮਾਨ ਭੇਜਦੇ ਹੈ ਲੇਟ ਆਏ ਲੇਟ ਫੀਸ ਲੱਗੂਗੀ ਉਹਨਾਂ ਕੋ ਅਰਸ਼ਪਿੰਦਰ ਦੇ ਅਰਸ਼ਪਿੰਦਰ ਭਾਂਜਾ ਕਹਿੰਦੇ ਵੀ ਸਤਵਿੰਦਰ ਗਿੱਲ ਦਾ ਵੱਡੇ ਮਾਣ ਕਰਦਾ ਆਪਣੇ ਮਾਮਾ ਜੀ ਦੇ ਲਓ ਇਧਰਲੇ ਪਾਸੇ ਦੇਖ ਲੈ ਵੀ ਪੁਆਇੰਟ ਪੁਆਇੰਟ ਕਿਹਦਾ ਪੁਆਇੰਟ ਜਿਹੜਾ ਰੇਡਰ ਦਾ ਅੰਕ ਰੇਡਰ ਦਾ ਅੰਕ ਧਾਵੀ ਦਾ ਗਿੱਲ ਬਹੁਤ ਸਿਆਣੇ ਲਓ ਦੇਖ ਲੈ ਵੀ ਇੱਕ ਪਾਸੇ ਅਗਲੀ ਕਬੱਡੀ ਖੇਡ ਮੈਦਾਨ ਵਿੱਚ ਦੇਖ ਲੈ ਵੀ ਗੁਰਲਾਲ ਸਿੰਘ ਗੰਗਾ ਦੀ ਧਰਤੀ ਦਾ ਅੱਜ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਮੇਰੀ ਵੀਰੋ ਜੰਡਾ ਵਾਲਾ ਵਿੰਜੂ ਕੇ ਦੀ ਟੀਮ ਦੇ ਲਈ ਜਿੱਥੇ ਜੰਡਾ ਵਾਲਾ ਵਿੰਜੂ ਕੇ ਦੀ ਧਰਤੀ ਦੇ 26 ਤਰੀਕ ਨੂੰ ਕੱਲ੍ਹ ਮੇਰੀ ਵੀਰੋ ਕਬੱਡੀ ਓਪਨ ਦੇ ਮੁਕਾਬਲੇ ਹੋਣਗੇ ਖੁੱਲੇ ਸੱਦੇ ਨੇ ਟੀਮਾਂ ਦੇ ਲਈ 75 ਕਿਲੋ ਭਾਰ ਦੇ ਮੁਕਾਬਲੇ ਕੱਲ੍ਹ ਕਰਵਾਏ ਜਾ ਰਹੇ ਹੈ ਜੰਡਾ ਵਾਲਾ ਵਿੰਜੂ ਕੇ ਦੀ ਧਰਤੀ ਤੇ ਲਓ ਬੱਬੀ ਇਸ ਵੇਲੇ ਕਹਿੰਦੇ ਗੁਰਲਾਲ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਲਓ ਇੱਧਰ ਕਹਿੰਦੇ ਨੌਜਵਾਨ ਦੀ ਕਬੱਡੀ ਜਿਸ ਕਾਰਨ ਸਰਾਂ ਆਖਣਾ ਵੀ 3 ਜਫੇ 500 ਰੁਪਇਆ ਲਓ ਖੇਡ ਮੈਦਾਨ ਵਿੱਚ ਦੇਖ ਲੈ ਵੀ ਬੱਬੀ ਦੀ ਕਬੱਡੀ ਹੈ ਸਤਵਿੰਦਰ ਗਿੱਲ ਜਫਾ ਲਾਊ ਤੇ ਮੇਰੀ ਵੀਰੋ ਜਸਪਾਲ ਸਿੰਘ ਦੀ ਘੋੜੀਆਂ ਵਾਲੇ ਵੱਲੋਂ 100 ਰੁਪਇਆ ਹੋਵੇਗਾ ਲਓ ਉਧਰਲੇ ਪਾਸੇ ਦੇਖ ਲੈ ਵੀ ਕੱਢਦਾ ਖੁੱਚ ਇੱਕ ਪਾਸੇ ਨੌਜਵਾਨ ਫੜਦਾ ਗੁੱਟ ਲਓ ਬੱਬੀ ਵੀ ਤਾਬਲਾ ਖਿਡਾਰੀ ਲਓ ਦੇਖ ਲੈ ਵੀ ਇੱਕ ਪਾਸੇ ਨੌਜਵਾਨ ਹਰੀਕੇ ਕਲਾਂ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਨਾਲ ਹੀ ਕਾਂਗਾ ਪਰਸੋਂ ਜੀ ਕੋਠੇ ਹਿੰਮਤਪੁਰਾ ਪਹਿਲੇ ਸੈਮੀਫਾਈਨਲ ਮੈਚ ਦੀਆਂ ਟੀਮਾਂ ਜਿਹੜੀਆਂ ਗਰਾਊਂਡ ਵਿੱਚ ਆ ਜਾਣ ਕਾਂਗਾ ਪਰਸੋਂ ਜੀ ਕੋਠੇ ਹਿੰਮਤਪੁਰੇ ਦੀਆਂ ਟੀਮਾਂ ਜਲਦੀ ਸੈਮੀਫਾਈਨਲ ਮੁਕਾਬਲੇ ਦੇ ਲਈ ਖੇਡ ਗਰਾਊਂਡ ਵਿੱਚ ਆ ਜਾਣ ਨਾਲ ਹੀ ਗੁਰਵਿੰਦਰਪਾਲ ਟਿੱਕਾ ਜੀ ਦਾ ਵੱਡਾ ਧੰਨਵਾਦ ਉਹਨਾਂ ਦੇ ਵੀਰ ਪਿੰਡਾ ਜੀ ਦਾ ਵੱਡਾ ਧੰਨਵਾਦ ਮੇਰੀ ਵੀਰ ਅੱਜ ਦੀਆਂ ਖੇਡਾਂ ਦੇ ਲਈ 1 ਲੱਖ ਰੁਪਏ ਦਾ ਵੱਡਾ ਯੋਗਦਾਨ ਹੈ ਇੱਥੇ ਕਾਲੇ ਪੁਲਸੀ ਇਹਨਾਂ ਭਾਈਆਂ ਵਾਲਾ ਪਿਆਰ ਇਹਨਾਂ ਵੀਰਾਂ ਦਾ ਭਲੇਰੀਆਂ ਵਾਲੇ ਬਲਵਿੰਦਰ ਸਿੰਘ ਜੀ ਬਰਾੜ ਆਖਦੇ
ਸਤਵਿੰਦਰ ਕਹਿੰਦੇ ਜਫਾ ਲਾਓ ਤੇ 200 ਰੁਪਿਆ ਪਾਊਗਾ ਸਤਵਿੰਦਰ ਕਹਿੰਦੇ ਜਫਾ ਲਾਓ ਤੇ 200 ਰੁਪਿਆ ਬਲਵਿੰਦਰ ਸਿੰਘ ਵੀ ਬਰਾੜ ਭਲੇਰੀਆ ਵਾਲੇ ਵੱਲੋਂ ਹੋਵੇਗਾ ਲਓ ਪੁਆਇੰਟ ਜਿਹੜਾ ਧਾਵੀ ਦਾ ਬਲਵਿੰਦਰ ਸਿੰਘ ਦੀ ਭਲੇਰੀਆਂ ਬਰਾੜ ਸਾਹਿਬ ਅਗਲੇ ਟੂਰਨਾਮੈਂਟ ਵਾਸਤੇ 5100 ਰੁਪਿਆ ਉਹਨਾਂ ਵੱਲੋਂ ਸਹਿਯੋਗ ਹੈ ਵੱਡਾ ਧੰਨਵਾਦ ਅਗਲੇ ਸਾਲ ਦੇ ਟੂਰਨਾਮੈਂਟ ਵਾਸਤੇ ਦਰਸ਼ਨ ਸਿੰਘ ਜੀ ਸਰਪੰਚ 11000 ਰੁਪਿਆ ਹਮੀਰ ਹਰਮੀਰ ਸਿੰਘ ਜੀ ਬਰਾੜ 11000 ਰੁਪਿਆ ਬਲਜਿੰਦਰ ਸਿੰਘ ਗੋਗੜ ਮੈਂਬਰ 7700 ਰੁਪਿਆ ਬਾਗੀ ਸੇਠੀ ਆੜਤੀਏ ਜੀ 5100 ਰੁਪਿਆ ਰਕੇਸ਼ ਸੇਠੀ ਜੀ 5100 ਰੁਪਿਆ ਸੁਖਦੇਵ ਸਿੰਘ ਜੀ ਸੈਕਟਰੀ 5100 ਰੁਪਿਆ ਅਗਲੇ ਸਾਲ ਦੇ ਕਬੱਡੀ ਖੇਡ ਮੇਲੇ ਵਾਸਤੇ ਲਾਓ ਸਤਵਿੰਦਰ ਮਾਰ ਦੋ ਤਾੜੀਆਂ ਲਾਓ ਨਹੀਂ ਲੀਸਾ ਇਧਰਲੇ ਪਾਸੇ ਲੈ ਵੀ ਪਾਲਿਆ ਕੱਢ ਲਾ 100 ਦਾ ਨੋਟ ਨਹੀਂ ਲੀਸਾ ਨਹੀਂ ਲੀਸਾ ਮਾਰ ਦੋ ਤਾੜੀਆਂ ਆਓ ਬਹਿ ਗਿਆ ਢਾ ਕੇ ਇੱਕ ਤੇ ਜਿਵੇਂ ਲੰਬੜਦਾਰ ਦੀ ਚਰੀ ਚ ਝੋਟਾ ਢਾ ਲੈਂਦਾ ਲਓ ਪੁਆਇੰਟ ਜਿਹੜਾ ਜਾਫੀ ਦਾ ਸਤਵਿੰਦਰ ਗਿੱਲ ਦਾ ਲਓ ਅੰਕ ਜਾਫੀ ਦਾ ਚੱਲ ਵੀ ਪੀਟੀ ਪਾ ਵੀ ਕਬੱਡੀ ਇੱਕ ਪਾਸੇ ਪੀਟੀ ਦੀ ਕਬੱਡੀ ਹੈ ਉਧਰਲੇ ਪਾਸੇ ਕਹਿੰਦੇ ਵੀ ਨਵਜਨ ਲੱਡੂ ਕਹਿੰਦੇ ਵੀ ਇੱਕ ਪਾਸੇ ਨਵਜਨ ਆ ਲਓ ਮਾਰ ਦੋ ਤਾੜੀਆਂ ਇੱਕ ਪਾਸੇ ਦੋਦੇ ਵਾਲਾ ਲਵਲੀ ਉਧਰ ਪੀਟੀ ਖਿੜਕੇ ਵਾਲੀ ਦੀ ਧਰਤੀ ਦਾ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਅੱਜ ਗੰਡਾ ਵਾਲਾ ਬਿੰਦੂ ਦੀ ਟੀਮ ਦੇ ਵਿੱਚ ਨਾਲ ਹੀ ਬਲਵਿੰਦਰ ਦਾ 200 ਰੁਪਇਆ ਆ ਗਿਆ ਜੀ ਭਲੇਰੀਆਂ ਵਾਲੇ ਬਲਵਿੰਦਰ ਦਾ 200 ਰੁਪਇਆ ਆ ਗਿਆ ਮਾਮਾ ਸ਼ਾਮ ਜੀ ਉਹਨਾਂ ਵੱਲੋਂ 100 ਰੁਪਇਆ ਆ ਗਿਆ ਜੀ ਸਤਵਿੰਦਰ ਦੇ ਲਈ ਵੱਡਾ ਧੰਨਵਾਦ ਮਾਮਾ ਸ਼ਾਮ ਜੀ ਵੱਲੋਂ 100 ਰੁਪਇਆ ਜਿਹੜਾ ਆ ਗਿਆ ਸਤਵਿੰਦਰ ਦੇ ਲਈ ਉਧਰਲੇ ਪਾਸੇ ਦੇਖ ਲੈ ਵੀ ਗੁਰਪਿਆਰ ਤੇ ਟੈਕਨੀਕਲ ਪੁਆਇੰਟ ਮੇਰੀ ਵੀਰੋ ਹਰੀਕੇ ਕਲਾਂ ਦੀ ਟੀਮ ਦਾ ਟੈਕਨੀਕਲ ਪੁਆਇੰਟ ਹਰੀਕੇ ਕਲਾਂ ਦੀ ਟੀਮ ਦਾ ਕਿਉਂਕਿ ਸੈੱਟ ਜਦੋਂ ਟੁੱਟ ਜਾਂਦਾ ਤੇ ਉਦੋਂ ਪੁਆਇੰਟ ਰੇਡਰ ਦਾ ਹੁੰਦਾ ਬਸ ਸਾਹਮਣੇ ਦੇਖ ਲੈ ਵੀ ਇਸੇ ਲਈ ਨਵਜਨ ਗੋਪਾਲ ਗੰਡਾ ਵਾਲੀ ਦੀ ਪਾਈ ਹੋਈ ਕਬੱਡੀ ਹੈ ਅੱਜ ਵੱਡਾ ਧੰਨਵਾਦ ਹੈ ਬਲਵਿੰਦਰ ਕਾਕਾ ਜੀ ਬਗਰਾੜੀ ਹਰਜੀਤ ਬਾਜਾ ਸਾਹਿਬ ਮੈਮੋਰੀਅਲ ਸਪੋਰਟਸ ਕਲੱਬ ਦੇ ਜਨਰਲ ਸੈਕਟਰੀ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਅੱਜ ਇਸ ਕਬੱਡੀ ਖੇਡ ਮੇਲੇ ਦੇ ਲਈ ਸਾਡੇ ਵੀਰ ਰਾਜੇ ਪੋਸੀਏ ਦੇ ਨਾਲ ਭਾਈਆਂ ਵਾਲਾ ਪਿਆਰ ਬਾਬੇ ਹਰਪ੍ਰੀਤ ਕਮਾਲੂ ਦਾ ਕਾਕੇ ਬਗਰਾੜੀ ਦਾ ਆਹ ਸਾਹਮਣੇ ਦੇਖ ਲਓ ਵੀ ਪੁਆਇੰਟ ਧਾਵੀ ਦਾ ਜੰਡਾ ਵਾਲਾ ਜਿੱਤ ਕੇ ਮਾਰ ਦੋ ਤਾੜੀਆਂ ਔਰ ਵੱਡਾ ਧੰਨਵਾਦ ਕਹਿੰਦੇ ਵੀ ਸਾਡੇ ਵੀਰ ਟਿੱਕਾ ਦੀ ਹੋਣੀ ਪਿੰਡਾਂ ਦੀ ਹੋਣੀ ਸਾਰਿਆਂ ਦਾ ਵੱਡਾ ਧੰਨਵਾਦ ਸਤਵਿੰਦਰ ਗਿੱਲ ਦੇ ਮਾਮਾ ਜੀ ਪੱਪੀ ਕਢਿਆਣੇ ਵਾਲੇ 100 ਰੁਪਇਆ ਸਤਵਿੰਦਰ ਗਿੱਲ ਨੂੰ ਅਰਸ਼ਪਿੰਦਰ ਉਹਦੇ ਮਾਮੇ ਦਾ ਬੇਟਾ ਉੜਾਂਗਾ ਵਾਲਾ ਮੇਰੀ ਅਰਸ਼ਪਿੰਦਰ ਉੜਾਂਗ ਗਿੱਲ ਦੇ ਮਾਮੇ ਦਾ ਬੇਟਾ 100 ਰੁਪਇਆ ਮਾਨ ਸਨਮਾਨ ਭੇਜਦਾ ਲਓ ਹੁਣ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਾਂਗੇ ਲੈ ਇੱਧਰ ਸੁਖਵੀਰ ਨੂੰ ਵੀ ਵਿਆਹ ਜਿੰਨਾ ਚਾਰਜ ਪਾਪਾ ਭਾਰ ਗੋਗੀ ਸੁਖਵੀਰ ਕੱਦ ਤੋਂ ਆਪਾਂ ਕੀ ਲੈਣਾ ਕੱਦ ਤੋਂ ਕੀ ਲੈਣਾ ਬੰਦੇ ਦਾ ਦਿਲ ਵੱਡਾ ਚਾਹੀਦਾ ਸਤਵਿੰਦਰ ਆਪਣਾ 1000 ਰੁਪਇਆ ਲੈ ਜਾਵੇ 400 ਜੇਤੂ ਟੀਮ ਦਾ ਸੀ 1000 ਰੁਪਇਆ ਸਤਵਿੰਦਰ ਦਾ ਸੀ ਤਾੜੀਆਂ ਆਤਿਸ਼ਬਾਜ਼ੀ ਦਾ ਨਜ਼ਾਰਾ ਉਧਰ ਅਸਮਾਨ ਚ ਪਟਾਕੇ ਤੇ ਇਧਰ ਗਰਾਊਂਡ ਚ ਪਟਾਕੇ ਸੁਖਵੀਰ ਨੇ ਲਾਤੀ ਅੱਗ ਪਟਾਕਿਆਂ ਨੂੰ ਸੁਖਵੀਰ ਨੇ 2000 ਨੂੰ ਅੱਗ ਲਾਈ ਆ ਪਟਾਕਿਆਂ ਨੂੰ ਨੀ
ਜਗਨੂ ਮੀਤਾ ਰਾਜਾ ਪਾਲਾ ਦਰਸ਼ਨ ਸਰਾਂ ਸਾਰੇ ਮੰਦਰ ਸਾਰੇ ਅੱਜ ਜਿਹੜੇ ਖਿਡਾਰੀਆਂ ਨੂੰ ਸਨਮਾਨ ਦੇਣੇ ਹੈ ਪੀ ਟੀ ਪ੍ਰਦੀਪ ਬੱਗਾ ਪੈਪਤਾ ਜੀ ਸਾਰੇ ਆ ਜਾਓ ਪਲੀਜ਼ ਕਾਕਾ ਜੀ ਕਾਕਾ ਰਾਜੇ ਮੇਰੇ ਅੰਕਲ ਨੂੰ ਤਾਂ ਨਾਲ ਲੈ ਲਈ ਯਾਰ ਪੀੜਕੀ ਪੀ ਟੀ ਖਿੜਕੀਆਂ ਵਾਲਾ ਇੱਕ ਮਿੰਟ ਰੁਕ ਜੂ ਜੀ ਪੀ ਟੀ ਖਿੜਕੀਆਂ ਵਾਲਾ ਪਿੰਦਾ ਬਰੂ ਵਾਲਾ ਥੋੜਾ ਜਿਹਾ ਐਂਗਲ ਚੇਂਜ ਕਰ ਲਓ ਥੋੜਾ ਜਿਹਾ ਐਂਗਲ ਚੇਂਜ ਕਰ ਲਓ ਘੁੰਮ ਜਾਓ ਆਹ ਜਿਹੜਾ ਕੈਮਰੇ ਨਾਲ ਫੋਟੋ ਖਿੱਚੀ ਜਾਂਦਾ ਨਾ ਇੱਕ ਅਲਟੋ ਗੱਡੀ ਆ ਜਾਂਦੀ ਹੈ ਇੰਨੇ ਦਾ ਇਹ ਪਿੰਦਾ ਬਰੂ ਵਾਲਾ ਪਿੰਦਾ ਬਰੂ ਵਾਲਾ ਸ਼ੰਟੀ ਜੰਡਾ ਵਾਲਾ ਗੁਰਲਾਲ ਗੰਗਾ ਆਪਣਾ ਸਨਮਾਨ ਲੈਣ ਗੁਰਲਾਲ ਗੰਗਾ ਨਿੰਦਰ ਜੈਤੋ ਪੱਪੂ ਮਤਾ ਨਿੰਦਰ ਜੈਤੋ ਪਰਮੇ ਵੀਰ ਨਾਲ ਆਓ ਪਲੀਜ਼ ਸਾਰੇ ਆ ਜਾਓ ਵੀਰ ਰੁਪਿੰਦਰ ਆ ਜਾਓ ਪਲੀਜ਼ ਨਾਲ ਆ ਜਾਓ ਆ ਜਾਓ ਪੱਪੂ ਮਤਾ ਉਹ ਵੀ ਆਪਣਾ ਸਨਮਾਨ ਲੈਣ ਪੱਪੂ ਮਤਾ ਜੀ ਸਰਵਿਸ ਜੈਤੋ ਦਾ ਗੁਰਸੇਵਕ ਸਿੰਘ ਜੀ ਇਲੈਕਟ੍ਰੀਸ਼ਨ ਵੱਡਾ ਧੰਨਵਾਦ ਇਹਨਾਂ ਦਾ ਵੀ ਸਾਢੇ ਪੰਦਰਾਂ ਸੋਲਾਂ ਗੁਰਮੀਤ ਮੀਤਾ ਨਾਟੀ ਸੈਕਟਰੀ ਜੁਗਨੂ ਬਰਾੜ ਗੋਗੀ ਮਣੀ ਪਰਮਾ ਸਾਰਿਆਂ ਦਾ ਵੱਡਾ ਧੰਨਵਾਦ ਸਾਢੇ ਪੰਦਰਾਂ ਤੇ ਸੋਲਾਂ ਪੁਆਇੰਟ ਜਿਹੜੇ ਸੈਮੀ ਫਾਈਨਲ ਮੈਚ ਤੇ ਫਾਈਨਲ ਮੈਚ ਦੇ ਹੋਣਗੇ ਵੱਡਾ ਧੰਨਵਾਦ ਹੈ ਸਾਡੇ ਬਲਵਿੰਦਰ ਸਿੰਘ ਜੀ ਢਾਣੀ ਵਾਲੇ ਜਿਨ੍ਹਾਂ ਨੇ ਗੁਰਮਿੰਦਰ ਸਿੰਘ ਸਰਾਂ 2100 ਰੁਪਏ ਅਗਲੇ ਸਾਲ ਦੇ ਟੂਰਨਾਮੈਂਟ ਵਾਸਤੇ ਹੈ ਜਸ ਬਰਾੜ ਜੀ ਉਹਨਾਂ ਵੱਲੋਂ ਸਤਿੰਦਰਪਾਲ ਜੀ ਵੱਲੋਂ ਸਰਾਂ ਜੀ ਵੱਲੋਂ ਤੇ ਬਾਈ ਬੱਦਰ ਸਰਾਂ ਵੱਲੋਂ ਤੇ ਖੁਸ਼ਦੀਪ ਬਰਾੜ ਵੱਲੋਂ 2100 ਰੁਪਏ ਜਿਹੜਾ ਦਿੱਤਾ ਜਾਣਾ ਹੈ 2100 ਰੁਪਏ ਸਾਡੇ ਬਹੁਤ ਹੀ ਸਤਿਕਾਰ ਦੇ ਜੋ ਮਾਲੀ ਹਰੀ ਨੂੰ ਦਾ ਸਨਮਾਨ ਹੋ ਰਿਹਾ ਹੈ ਮਾਲੀ ਹਰੀ ਨੂੰ ਪ੍ਰਦੀਪ ਮਾਲੀ ਹਰੀ ਨੂੰ ਉਧਰ ਕਹਿੰਦੇ ਵੀ ਬਲਵਿੰਦਰ ਸਿੰਘ ਜੀ ਢਾਣੀ ਵਾਲਿਆਂ ਦੇ ਮਾਮਾ ਜੀ ਦੇ ਬੇਟੇ ਆ ਮੇਰੇ ਵੀਰੋ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਗੁਰਪਿੰਦਰਪਾਲ ਜੀ ਪੀਏ ਸਿਹਤ ਮੰਤਰੀ ਪੰਜਾਬ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਨੇ ਸੁਰਜੀਤ ਕੁਮਾਰ ਜੈਨੀ ਜੀ ਸੁੱਖੀ ਉਡਾਂਗ ਜੀ ਹਰਦੇਵ ਐਡਵੋਕੇਟ ਜੀ ਉਹਨਾਂ ਦੇ ਮਿੱਤਰ ਮੰਡਲੀ ਦੇ ਵਿੱਚੋਂ ਆਏ ਆ ਉਹਨਾਂ ਦਾ ਵੀ ਵੱਡਾ ਧੰਨਵਾਦ ਹੈ ਬੈਸਟ ਪਲੀਜ਼ ਸੋਰੀ ਟੀਵੀ
ਬੈਸਟ ਰੇਟਰ ਤੇ ਜਾਫੀ ਦੇ ਲਈ ਅੱਜ ਟੀਵੀ ਦੀ ਪਲੇਅਰ ਦਿੱਤੇ ਜਾਣੇ ਆ ਬੈਸਟ ਰੇਟਰ ਤੇ ਜਾਫੀ ਦੇ ਲਈ ਅੱਜ ਪ੍ਰੀਤ ਬਰਾੜ ਲੰਬਰਦਾਰ ਸਾਹਿਬ ਹਾਂ ਹੀਰੇ ਹੀਰੇ ਆਖੇ ਹਾਂ ਨਹੀਂ ਮੁੰਡਾ ਲੰਬੜਾਂ ਦਾ ਮੈਨੂੰ ਬਾਂਗ ਛਡਾਈਆਂ ਝਾਕੇ ਪ੍ਰਦੀਪ ਉਹਨਾਂ ਦਾ ਸਨਮਾਨ ਅਸੀਂ ਮਾਨ ਸਨਮਾਨ ਕਰਕੇ ਇਹਦਾ ਮਾਣ ਪ੍ਰਾਪਤ ਕਰਾਂਗੇ ਪਰਮਜੀਤ ਜੀ ਸੇਖੋ ਉਹਨਾਂ ਦਾ ਵੀ ਵੱਡਾ ਧੰਨਵਾਦ ਉਡਾਨ ਵਾਲੇ ਉਹਨਾਂ ਦਾ ਧੰਨਵਾਦ ਹੈ ਪ੍ਰੀਤ ਲੰਬੜਦਾਰ ਉਹਨਾਂ ਦਾ ਅਸੀਂ ਸਨਮਾਨ ਕਰਕੇ ਮਾਣ ਮਹਿਸੂਸ ਕਰਾਂਗੇ ਲਓ ਜੀ ਸੈਮੀ ਫਾਈਨਲ ਮੈਚ ਜਿਹੜਾ ਸਟਾਰਟ ਹੈ ਇੱਕ ਪਾਸੇ ਆਪਾਂ ਦੇਖਦੇ ਵੀ ਕਾਂਗਾ ਦੀ ਟੀਮ ਜਿਹੜੀ ਖੇਡਦੀ ਦੂਜੇ ਪਾਸੇ ਮੇਰੀ ਵੀਰੋ ਇਹ ਮੁਕਾਬਲਾ ਖੇਡਿਆ ਜਾ ਰਿਹਾ ਕੋਠੇ ਹਿੰਮਤਪੁਰਾ ਦੀ ਟੀਮ ਜਿਹੜੀ ਖੇਡਦੀ ਹੈ ਪਿੰਡ ਇਧਰਲੇ ਪਾਸੇ ਸਕੂਲ ਵਾਲੀ ਸਾਈਡ ਹੈ ਕੋਠੇ ਹਿੰਮਤਪੁਰਾ ਦੀ ਟੀਮ ਔਰ ਕਾਂਗਾ ਦੀ ਟੀਮ ਜਿਹੜੀ ਪਿੰਡ ਵਾਲੀ ਸਾਈਡ ਹੈ ਲਓ ਡਬਲ ਟੱਚ ਦੇ ਪੁਆਇੰਟ ਜਿਹੜਾ ਧਾਵੀ ਦਾ ਅੰਕ ਕਹਿੰਦੇ ਬਿੰਦੂ ਨਾਮ ਹੈ ਧਾਵੀ ਦਾ ਮੇਰੀ ਵੀਰੋ ਪੁਆਇੰਟ ਆਪਣੀ ਟੀਮ ਦੇ ਉੱਤੇ ਜੋੜਦਾ ਇਹ ਵੀ ਨਾਲਜੰਡ ਕਹਿੰਦੇ ਦਸ਼ਮੇਸ਼ ਕਬੱਡੀ ਕਲੱਬ ਜਲਾਲਾਬਾਦ ਦੀ ਟੀਮ ਦੇ ਲਈ ਖੇਡਦਾ ਇਸ ਏਰੀਏ ਦੇ ਖਿਡਾਰੀਆਂ ਦੀ ਵੀ ਬਹੁਤ ਵੱਡੀ ਦੇਣ ਕਹਿੰਦੇ ਚੰਨ ਦੀ ਕਾਂਗਾ ਜਿਨ੍ਹਾਂ ਨੇ ਮੇਰੀ ਵੀਰੋ ਦਸ਼ਮੇਸ਼ ਕਬੱਡੀ ਕਲੱਬ ਜਲਾਲਾਬਾਦ ਨੂੰ ਹੋਣ ਦੇ ਵਿੱਚ ਲਿਆਂਦਾ ਤੇ ਇਸ ਏਰੀਏ ਦੇ ਖਿਡਾਰੀਆਂ ਨੂੰ ਮੇਰੀ ਵੀਰੋ ਉਸ ਅਕੈਡਮੀ ਦੇ ਲਈ ਖੇਡਣ ਦਾ ਮੌਕਾ ਦਿੱਤਾ ਲਓ ਮੱਲੀ ਵੱਲੋਂ ਅਗਲੇ ਸਾਲ ਦੇ ਟੂਰਨਾਮੈਂਟ ਵਾਸਤੇ 5100 ਰੁਪਇਆ ਮੱਲੀ ਸ਼ੇਰਗੜ੍ਹ ਵੱਲੋਂ ਹੋਵੇਗਾ ਵੱਡਾ ਧੰਨਵਾਦ ਹੈ ਮੱਲੀ ਸ਼ੇਰਗੜ੍ਹ ਲਓ ਖੇਡ ਮੈਦਾਨ ਵਿੱਚ ਦੇਖ ਲਾਂਗੇ ਇਸ ਲਈ ਅਗਲੀ ਕਬੱਡੀ ਹੈ ਇਹ ਨਾਲਜਨ ਖਰਾਦੀ ਹੈ ਕਹਿੰਦੇ ਬਜਨੀ ਕਬੱਡੀ ਦੇ ਵਿੱਚ ਸਟਾਰ ਖੇਡਿਆ ਅੱਜ ਓਪਨ ਦੇ ਵਿੱਚ ਕਹਿੰਦੇ ਵੱਡੀਆਂ ਮੱਲਾਂ ਮਾਰਦਾ ਪ੍ਰੀਤ ਨੰਬਰਦਾਰ ਜੀ 500 ਰੁਪਏ ਦੱਸਦੇ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਹੈ ਤੇ 3100 ਰੁਪਏ ਟੂਰਨਾਮੈਂਟ ਕਮੇਟੀ ਦੇ ਲਈ ਵੱਡਾ ਮਾਨ ਸਨਮਾਨ ਭੇਜਦੇ ਤਾੜੀਆਂ ਮਾਰ ਦਿਓ ਜੀ ਪ੍ਰੀਤ ਲੰਬਰਦਾਰ ਜਿੱਥੇ ਟੂਰਨਾਮੈਂਟ ਕਮੇਟੀ ਦੇ ਲਈ 3100 ਰੁਪਏ ਦਾ ਯੋਗਦਾਨ ਹੈ ਉੱਥੇ ਦਾਸ ਦੇ ਲਈ 500 ਰੁਪਏ ਦਾ ਮਾਨ ਲਓ ਖੇਡ ਮੈਦਾਨ ਵਿੱਚ ਕਹਿੰਦੇ ਮੋਨੂ ਹੈ ਅੰਕ ਮੇਰੀ ਵੀਰੋ ਆਪਣੀ ਟੀਮ ਦੇ ਉੱਤੇ ਜੋੜਦਾ ਕੋਠੇ ਹਿੰਮਤਪੁਰਾ ਦੀ ਟੀਮ ਦਾ ਇਹ ਖਿਡਾਰੀ ਵੱਡੀ ਹਿੰਮਤ ਦੇ ਨਾਲ ਕਹਿੰਦੇ ਲਾਇਆ ਜੱਫਾ ਅਗਲੀ ਰੇਡ ਜੀਵਨ ਸਿੰਘ ਨਾਮ ਇਸ ਖਿਡਾਰੀ ਦਾ ਮੇਰੀ ਵੀਰੋ ਸ਼ੇਰ ਸਿੰਘ ਵਾਲਾ ਢਾਬ ਪਿੰਡ ਦਾ ਇਹ ਖਿਡਾਰੀ ਵੱਧ ਕੇ ਕਬੱਡੀ ਪਾਉਂਦਾ ਲਓ ਚਾਰ ਜਾਫੀਆਂ ਦੀ ਲੱਗੀ ਚੇਨ ਦੇ ਵਿੱਚ ਨਾਲ ਜਿਹਨੇ ਸੋਨੀ ਨੇ ਵੱਧ ਟਰਾਈ ਕੀਤੀ ਹੈ ਪੁਆਇੰਟ ਧਾਵੀ ਦਾ ਅੰਕ ਰੇਟਰ ਦੇ ਉੱਤੇ ਵੀ ਵਧਾ ਦਿੰਦੇ ਕਬੱਡੀ ਇਸ ਵੇਲੇ ਚੰਨੂ ਦੀ ਕਬੱਡੀ ਹੈ ਗੁੰਡਿਆ ਸਰੀਰ ਕਹਿੰਦੇ ਭਾਰਾ ਜਿਹਾ ਸਰੀਰ ਦੇ ਨਾਲ ਖਿਡਾਰੀ ਦਾ ਖੱਬੇ ਖੱਬੇ ਦਾ ਪੱਟ ਚੱਕੀ ਦੇ ਪਰਿਵਾਰ ਦੀ ਛਾਤੀ ਹੈ ਹੋਟਲ ਵਾਲੇ ਮਾਲੀ ਦੇ ਲਈ ਰਾਜੇ ਪੁਲਸੀ ਵੱਲੋਂ ਮੇਰੀ ਵੀਰੋ 100 ਰੁਪਇਆ ਵੱਡਾ ਮਾਨ ਸਨਮਾਨ ਹੈ ਮਾਲੀ ਦੇ ਲਈ ਲਓ 100 ਰੁਪਇਆ ਮੇਰੀ ਵੀਰੋ ਲਓ 100 ਰੁਪਇਆ ਸੁਖਪਾਲ ਘੋੜੀਆਂ ਵਾਲੇ ਵੱਲੋਂ ਮਾਲੀ ਦੇ ਲਈ ਵੱਡਾ 100 ਰੁਪਇਆ ਮਾਨ ਹੈ ਮਾਲੀ ਦੇ ਲਈ ਸੁਖਪਾਲ ਸਿੰਘ ਜੀ ਘੋੜੀਆਂ ਉਹਨਾਂ ਵੱਲੋਂ ਘੋੜੀਆਂ ਵਾਲੇ ਵੱਲੋਂ ਲਓ ਤੇ ਸਾਹਮਣੇ ਦੇਖ ਲੈਂਦੇ ਕੁਲਦੀਪ ਸਿੰਘ ਨੱਡਾ ਪੁਆਇੰਟ ਆਪਣੀ ਟੀਮ ਦੇ ਉੱਤੇ ਜੋੜਦਾ ਮੇਰੀ ਵੀਰੋ ਕਹਿੰਦੇ ਜਿੱਥੇ ਬਾਬਾ ਗੋਰਖਨਾਥ ਸਪੋਰਟਸ ਕਬੱਡੀ ਕਲੱਬ ਕੋਟ ਭਾਈ ਦਾ ਪ੍ਰਧਾਨ ਇਹ ਨਵਜਨ ਕੁਲਦੀਪ ਨੱਡਾ ਅੰਕ ਆਪਣੀ ਟੀਮ ਦੇ ਉੱਤੇ ਜੋੜਦਾ ਲਓ ਸਾਹਮਣੇ ਦੇਖ ਲੈਂਦੇ ਇੱਕ ਪਾਸੇ ਪਾਈ ਹੋਈ ਕਬੱਡੀ ਇਧਰਲੇ ਪਾਸੇ ਬਲਵਿੰਦਰ ਸਿੰਘ ਜੀ ਲਓ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਲਓ ਜਿਹੜੀ ਟੀਮ ਜਿੱਤੂਗੀ ਉਹਨੂੰ 200 ਰੁਪਇਆ ਬਲਵਿੰਦਰ ਸਿੰਘ ਜੀ ਢਾਣੀ ਵਾਲੇ ਉਹਨਾਂ ਵੱਲੋਂ ਦਿੱਤਾ ਜਾਣਾ ਹੈ ਜਿਨ੍ਹਾਂ ਦੇ ਮਾਮਾ ਜੀ ਦੇ ਬੇਟੇ ਮੇਰੀ ਵੀਰੋ ਅੱਜ 1,00,000 ਰੁਪਏ ਦਾ ਵੱਡਾ ਜਿਹੜਾ ਯੋਗਦਾਨ ਹੈ ਸਾਡੇ ਬਹੁਤ ਹੀ ਸਤਿਕਾਰ ਦੀ ਯੋਗ ਟਿੱਕਾ ਜੀ ਬਾਈ ਪਿੰਡਾ ਜੀ ਵੱਡਾ ਧੰਨਵਾਦ ਦੋਨੋਂ ਵੀਰ ਅੱਜ ਇਸ ਕਬੱਡੀ ਖੇਡ ਮੇਲੇ ਦੀ ਰੌਣਕ ਬਣੇ ਹੋਏ ਹੈ ਤਾਂ ਵੱਡਾ ਧੰਨਵਾਦ ਹੈ ਤਾਂ ਸਾਹਮਣੇ ਦੇਖ ਲੈ ਵੀ ਇੱਕ ਪਾਸੇ ਜੀਵਨ ਨਵਜਨ ਦੀ ਕਬੱਡੀ ਹੈ ਸ਼ੇਰ ਸਿੰਘ ਵਾਲਾ ਢਾਬ ਦੀ ਧਰਤੀ ਦਾ ਜੀਵਨ ਕਹਿੰਦੇ ਅੱਜ ਮੇਰੀ ਵੀਰੋ ਪੁੱਤ ਬਣ ਖੇਡਦਾ ਆਪਣੀ ਟੀਮ ਦੇ ਲਈ ਨਾ ਇੱਧਰ ਕਹਿੰਦੇ ਵੀ ਕੋਟ ਭਾਈ ਦਾ ਪੁੱਤ ਬਣ ਖੇਡਿਆ ਕੋਟੇ ਹਿੰਮਤਪੁਰਾ ਕੋਟ ਭਾਈ ਦਾ ਪੁੱਤ ਬਣ ਖੇਡਦਾ ਖਾਰਾ ਵਰਸੇ ਜੇ ਮੇਰੀ ਵੀਰੋ ਜੰਡਾ ਵਾਲਾ ਵਿੰਝੂ ਕੇ ਦੀਆਂ ਟੀਮਾਂ ਜਿਹੜੀਆਂ ਸੈਕਿੰਡ ਸੈਮੀਫਾਈਨਲ ਮੈਚ ਦੇ ਲਈ ਖੇਡ ਗਰਾਊਂਡ ਦੇ ਵਿੱਚ ਪੁੱਜਣ ਦਲਜੀਤ ਸਿੰਘ ਜੀ ਆਖ ਰਹੇ ਵੀ ਜਿਹੜੀ ਟੀਮ ਜਿੱਤੂਗੀ ਉਹਨੂੰ 100 ਰੁਪਇਆ ਦੇਵਾਂਗੇ ਵੱਡਾ ਧੰਨਵਾਦ ਉਧਰ ਬਲਵਿੰਦਰ ਸਿੰਘ ਢਾਣੀ ਵਾਲੇ ਵੱਲੋਂ 200 ਰੁਪਇਆ ਜੇਤੂ ਟੀਮ ਨੂੰ ਤੇ 100 ਰੁਪਇਆ ਦਲਜੀਤ ਵੱਲੋਂ ਜੇਤੂ ਟੀਮ ਦੇ ਲਈ ਹੈ ਉਧਰ ਕੁਲਦੀਪ ਨੱਡਾ ਲਓ ਖੇਡ ਮੈਦਾਨ ਵਿੱਚ ਲਾਉਂਦਾ ਜਫਾ ਪਰ ਨਹੀਂ ਪੁਆਇੰਟ ਧਾਵੀ ਦਾ ਅੰਕ ਰੇਡਰ ਦੇ ਹਿੱਸੇ ਦੇ ਵਿੱਚ ਆ ਜੁੜਿਆ ਬਿੰਦਰ ਬਿਜਲੀ ਬੋਰਡ ਵਾਲੇ ਉਹਨਾਂ ਦਾ ਵੀ ਵੱਡਾ ਧੰਨਵਾਦ ਹੈ ਬਿੰਦਰ ਬਿਜਲੀ ਬੋਰਡ
ਵੱਡਾ ਧੰਨਵਾਦ ਹੈ ਵਿੰਦਰ ਜੀ ਸੋ ਲਓ ਖੇਡ ਮੈਦਾਨ ਵਿੱਚ ਦੇਖ ਲਵੀ ਇੱਕ ਪਾਸੇ ਸੋਨੀ ਦੀ ਕਬੱਡੀ ਕਹਿੰਦੇ ਪਾਕਾ ਪਿੰਡ ਦਾ ਉਧਰ ਬਿੰਦਰ ਪੰਜਾਬ ਰਾਜ ਬਿਲੀ ਬੋਰਡ ਵਾਲੇ ਦਾ ਵੀ ਵੱਡਾ ਯੋਗਦਾਨ ਅੱਜ ਦੀਆਂ ਖੇਡਾਂ ਦੇ ਲਈ ਦਰਸ਼ਨ ਸਰਾਂ ਜਿਹੜੀ ਟੀਮ ਜਿੱਤੂਗੀ ਅਵਤਾਰ ਸਿੰਘ ਜੀ ਮੈਨੇਜਰ ਆਖਦੇ ਵੀ 200 ਰੁਪਇਆ ਅਵਤਾਰ ਸਿੰਘ ਜੀ ਰਿਟਾਇਰ ਤਾਂ ਨਹੀਂ ਹੋ ਗਏ ਮੈਨੇਜਰ ਹੈ ਉਹ ਵੀ ਬੈਂਕ ਦੇ ਨੋਟ ਛੋਟਾ ਲਾਉਂਦੇ ਆ ਮੈਨੂੰ ਲੱਗਦਾ ਰਿਟਾਇਰ ਹੋ ਗਏ ਆ ਹੋ ਗਏ ਜੀ ਰਿਟਾਇਰ ਤਾਂਹੀਓ ਫਿਰ ਨੋਟ ਛੋਟਾ ਨਾ ਲਓ ਕੋਈ ਗੱਲ ਨੀ ਹੱਸਣ ਖੇਡਣ ਦੀਆਂ ਗੱਲਾਂ ਹੈ ਲਓ ਦੇਖਣਾ ਵੀ ਵੱਡੇ ਮਾਣ ਜਿਹੜੇ ਇਹਨਾਂ ਬੱਚਿਆਂ ਦੇ ਕਰ ਰਹੇ ਨੇ ਅਵਤਾਰ ਸਿੰਘ ਜੀ ਬੈਂਕ ਮੈਨੇਜਰ ਜਿੱਥੇ ਆਉਣ ਵਾਲੀਆਂ ਖੇਡਾਂ ਦੇ ਲਈ ਵੀ ਵੱਡੇ ਯੋਗਦਾਨ ਹੋਣਗੇ ਲਓ ਖੇਡ ਮੈਦਾਨ ਵਿੱਚ ਦੇਖ ਲਓ ਵੀ ਇੱਕ ਪਾਸੇ ਵੱਧ ਨੌਜਵਾਨ ਕੋਸ਼ਿਸ਼ ਕਰਦਾ ਪਰ ਆਓ ਜਾਂਦਾ ਧੂਣਾ ਪੜਦਾ ਕਹਿੰਦੇ ਖਰਾਜੀ ਹੈ ਤੇ ਪੁਆਇੰਟ ਧਾਵੀ ਦਾ ਅੰਕ ਰੇਡਰ ਦਾ ਇਧਰਲੇ ਪਾਸੇ ਅਗਲੀ ਰੇਡ ਖੇਡ ਮੈਦਾਨ ਵਿੱਚ ਨੌਜਵਾਨ ਜੀਵਨ ਹੈ ਲਓ ਸਾਹਮਣੇ ਦੇਖਣਾ ਵੀ ਉਸ ਲਈ ਚੱਲ ਵੀ ਗੱਭਰੂ ਪਾ ਵੀ ਕਬੱਡੀ ਲਓ ਸਾਹਮਣੇ ਦੇਖਣਾ ਵੀ ਅਗਲੀ ਰੇਡ ਖਿੰਡ ਮੈਦਾਨ ਵਿੱਚ ਘਾਂਗਾ ਦਾ ਪੁੱਤ ਬਣ ਖੇਡਦਾ ਬਿੰਦੂ ਉਸ ਲਈ ਵੱਧ ਕੇ ਕਬੱਡੀ ਪਾਉਂਦਾ ਲਓ ਦੇਖਣਾ ਵੀ ਉਧਰਲੇ ਪਾਸੇ ਮੋਨੂ ਹੈ ਸੇਵਕ ਹੈ ਮੇਰੀ ਵੀ ਮਨਪ੍ਰੀਤ ਹੈ ਨਾਲ ਕੁਲਦੀਪ ਨੱਡਾ ਚਾਰ ਜਾਫੀ ਕੋਟ ਭਾਈ ਦੀ ਧਰਤੀ ਤੇ ਜਿੱਥੇ ਉੱਘੇ ਸਮਾਜ ਸੇਵੀ ਸਰਦਾਰ ਪ੍ਰੀਤਮ ਸਿੰਘ ਜੀ ਕੋਟ ਭਾਈ ਵਾਲੇ ਆਖਦੇ ਹੈ ਮੇਰੇ ਵੀਰੋ ਆਉਣ ਵਾਲੇ ਕਬੱਡੀ ਖੇਡ ਮੇਲੇ ਤੇ ਕੋਟ ਭਾਈ ਦੀ ਧਰਤੀ ਤੇ ਬੈਸਟ ਰੇਟਰ ਜਾਫੀ ਜਿਹੜੇ ਓਪਨ ਦੇ ਵਿੱਚ ਹੋਣਗੇ ਲੰਡੀਆਂ ਜੀਪਾਂ ਦੇ ਕੇ ਮਾਣ ਸਨਮਾਨ ਦਿੱਤੇ ਜਾਣਗੇ 75 ਕਿਲੋ ਭਾਰ ਦੇ ਬੈਸਟ ਰੇਟਰ ਤੇ ਜਾਫੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਟ ਭਾਈ ਦੀ ਧਰਤੀ ਤੇ ਮੋਟਰਸਾਈਕਲ ਹੋਣਗੇ ਔਰ ਮੇਰੀ ਵੀ 65 ਕਿਲੋ ਭਾਰ ਦੇ ਬੈਸਟ ਰੇਟਰ ਜਾਫੀ ਨੂੰ ਸੋਨੇ ਦੇ ਕੜੇ ਦਿੱਤੇ ਜਾਣੇ ਹੈ ਤੇ ਉੱਥੇ ਲੜਕੀਆਂ ਦੇ ਮੈਚ ਹੋਣਗੇ ਜਿਹੜੀ ਲੜਕੀ ਬੈਸਟ ਜਾਫੀ ਹੋਵੇਗੀ ਤੇ ਬੈਸਟ ਧਾਵੀ ਹੋਵੇਗੀ ਉਹਨੂੰ ਸੋਨੇ ਦੀਆਂ ਚੂੜੀਆਂ ਤੇ ਹੋਰ ਜਿਹੜੇ ਛੋਟੀ ਬੱਜੜੀ ਕਬੱਡੀ ਹੋਊਗੀ ਉਹਨਾਂ ਨੂੰ ਵੀ ਵੱਡੇ ਮਾਣ ਸਨਮਾਨ ਕਿਸੇ ਨੂੰ ਮੋਬਾਈਲ ਫੋਨ ਕਿਸੇ ਨੂੰ ਮਾਈਕਰੋਵੇਵ ਤੇ ਚਾਰ ਕਬੱਡੀ ਕਮੈਂਟੇਟਰਸ ਨੂੰ ਮੇਰੇ ਵੀਰੋ ਸੋਨੇ ਦੀਆਂ ਮੁੰਦਰੀਆਂ ਪਾਈਆਂ ਜਾਣੀਆਂ ਜਿਹਨਾਂ ਦੇ ਵਿੱਚ ਇੱਕ ਤੇ ਦਾਸ ਹੈ ਤੇ ਇੱਕ ਕਹਿੰਦੇ ਵੀ ਜਸਵਿੰਦਰ ਆਸਾ ਬੁੱਟਰ ਹੇਮਨ ਬਰਾੜ ਤੇ ਲੱਖਾ ਕੰਦ ਵਾਲਾ ਚਾਰ ਸੋਨੇ ਦੀਆਂ ਮੁੰਦਰੀਆਂ ਜਿਹੜੀਆਂ ਮੇਰੀ ਵੀਰੋ ਵੱਡੇ ਮਾਣ ਸਨਮਾਨ ਦਿੱਤੇ ਜਾਣੇ ਹੈ ਜੇਤੂ ਟੀਮ ਦੇ ਲਈ ਬਾਕੀ ਸੇਟ ਵੱਲੋਂ 200 ਰੁਪਇਆ ਆਵੇਗਾ ਅਵਤਾਰ ਮੈਨੇਜਰ ਜੀ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਉਹਨਾਂ ਵੱਲੋਂ ਵੀ ਜੇਤੂ ਟੀਮ ਦੇ ਲਈ 200 ਰੁਪਏ ਦਾ ਮਾਨ ਸਨਮਾਨ ਹੋਵੇਗਾ ਬਲਵਿੰਦਰ ਸਿੰਘ ਦੀ ਢਾਣੀ ਵੱਲੋਂ 200 ਰੁਪਇਆ ਜੇਤੂ ਟੀਮ ਦੇ ਲਈ ਹੋਵੇਗਾ ਅਗਲਾ ਮੈਚ ਖਾਰਾ ਵਰਸੇ ਜੰਡਾ ਵਾਲਾ ਵਿੰਜੂਕਾ ਦੋਨੋਂ ਟੀਮਾਂ ਜਿਹੜੀਆਂ ਗਰਾਊਂਡ ਵਿੱਚ ਆ ਜਾਣ ਖਾਰਾ ਵਰਸੇ ਜੰਡਾ ਵਾਲਾ ਵਿੰਜੂਕਾ ਦੀਆਂ ਟੀਮਾਂ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣ ਖਾਰਾ ਵਰਸੇ ਜੰਡਾ ਵਾਲਾ ਵਿੰਜੂਕਾ ਲਓ ਸੋਨੀ ਪਾਕਾਂ ਦੀ ਧਰਤੀ ਦਾ ਖੇਡ ਮੈਦਾਨ ਵਿੱਚ ਵੱਧ ਕੇ ਕਬੱਡੀ ਪਾ ਰਿਹਾ ਚਾਰੇ ਜਾਫੀ ਥੋੜਾ ਥੋੜਾ ਪਿਛਾਂ ਨੂੰ ਅੜਦੇ ਲਓ ਸੋਨੀ ਇੱਕ ਕੰਨੀ ਤੇ ਮੈਂ ਦੇਖਣਾ ਵੀ ਪੀਲੇ ਕੱਛੇ ਦੇ ਵਿੱਚ ਹੈ ਇੱਕ ਕੰਨੀ ਤੇ ਲਵਲੀ ਹੈ ਲਓ ਸਾਹਮਣੇ ਸੋਨੀ ਸੋਨੀ ਨੂੰ ਡੱਕਦਾ ਉਹ ਵੀ ਸੋਨੀ ਇਹ ਵੀ ਸੋਨੀ ਤਕਦੀਰਾਂ ਵੱਖੋ ਵੱਖਰੀਆਂ ਰਾਸ਼ੀ ਕੋਈ ਹੈ ਲਓ ਖੇਡ ਮੈਦਾਨ ਵਿੱਚ ਦੇਖਣਾ ਵੀ ਪੁਆਇੰਟ ਜਿਹੜਾ ਧਾਵੀ ਦਾ ਪਾਕਾ ਵਾਲਾ ਸੋਨੀ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਅੰਕ ਧਾਵੀ ਦੇ ਹਿੱਸੇ ਹੈ ਚੱਲ ਵੀ ਜਵਾਨਾ ਪਾ ਵੀ ਕਬੱਡੀ ਲੰਗਰ 5 ਮਿੰਟ ਜਿਹੜਾ ਅਸੀਂ ਹੋਰ ਵਰਤਾਉਣਾ ਉਸ ਤੋਂ ਬਾਅਦ ਲੰਗਰ ਮਸਤਾਨਾ ਸੋ ਜਿਹਨਾਂ ਨੇ ਲੰਗਰ ਛਕਣਾ ਲੰਗਰ ਛਕ ਸਕਦਾ ਰਾਜਾ ਪੁਲਿਸ ਜਿੱਥੇ ਵੀ ਆਵਾਜ਼ ਸੁਣਦਾ ਬਾਈ ਕਾਕਾ ਜੀ ਨਾਲ ਸੰਪਰਕ ਕਰ ਲੈਣ ਰਾਜਾ ਅਮਰਵੀਰ ਬਰਾੜ ਤੇ ਰਮਨ ਸੇਠ ਜੇਤੂ ਟੀਮ ਦੇ ਲਈ 200 ਰੁਪਇਆ ਮਾਨ ਸਨਮਾਨ ਦੇਣਗੇ ਅਮਰ ਬਰਾੜ ਤੇ ਸਾਡੇ ਸੇਠ ਸਾਹਿਬ ਆਖਦੇ ਰਮਨ ਵੀ ਜੇਤੂ ਟੀਮ ਦੇ ਲਈ ਮੇਰੀ ਵੀਰੋ 200 ਰੁਪਇਆ ਮਾਨ ਹੋਵੇਗਾ ਲਓ ਬਿੰਦੂ ਦੀ ਕਬੱਡੀ ਖੇਡ ਮੈਦਾਨ ਵਿੱਚ ਉਧਰ ਕੋਟ ਭਾਈ ਦੇ ਚਾਰ ਜਾਫੀਆਂ ਦੀ ਲੱਗੀ ਚੇਨ ਸੈਮੀ ਫਾਈਨਲ ਮੈਚ ਜੇਤੂ ਟੀਮ ਫਾਈਨਲ ਵਿੱਚ ਜਾਵੇਗੀ ਇੱਕ ਇਨਾਮ ਦੀ ਪੱਕੀ ਜਿਹੜੀ ਮੇਰੀ ਵੀਰੋ ਹੋ ਜਾਣੀ ਹੈ ਇਸ ਮੁਕਾਬਲੇ ਦੀ ਜੇਤੂ ਟੀਮ ਦੇ ਲਈ ਕਹਿੰਦੇ ਇੱਕ ਇਨਾਮ ਜਿਹੜਾ ਪੱਕਾ ਹੋਵੇਗਾ ਉਧਰ ਮੋਨੂ ਨੇ ਰੱਖਿਆ ਧਾਉਣ ਉੱਤੇ ਹੱਥ 25,000 ਰੁਪਏ ਦਾ ਜਾਫਾ ਲਾਉਣ ਵਾਲਾ ਜਾਫੀ ਇਸ ਵੇਲੇ ਬਿੰਦੂ ਨੂੰ ਡੱਕਣ ਦੀ ਕੋਸ਼ਿਸ਼ ਕਰਦਾ ਔਰ ਸਫਲਤਾ ਜਿਹੜੀ ਜਾਫੀ ਦੇ ਕਦਮ ਵਿੱਚ ਹੁੰਦੀ ਹੈ ਪੁਆਇੰਟ ਕੋਟ ਭਾਈ ਦਾ ਮੈਚ ਦੀ ਸਮਾਪਤੀ ਕੋਟ ਭਾਈ ਇਸ ਮੈਚ ਦੇ ਵਿੱਚ ਜੇਤੂ ਰਹੀ ਹੈ ਤਾੜੀਆਂ ਮਾਰ ਦਿਓ ਫਾਈਨਲ ਦੇ ਵਿੱਚ ਪਹੁੰਚ ਗਈ ਕੋਟ ਭਾਈ ਜੰਡਾ ਵਾਲਾ ਵਿੰਜੂਕਾ
ਵਰਸੇ ਦੇ ਖਾਣਾ ਮਸਾ ਸਿੰਘ ਜੀ ਮੈਂਬਰ ਆਖਦੇ ਵੀ ਜਿਹੜੀ ਟੀਮ ਜਿੱਤੂਗੀ ਉਹਨੂੰ 100 ਰੁਪਇਆ ਮਸਾ ਸਿੰਘ ਜੀ ਮੈਂਬਰ ਜੇਤੂ ਟੀਮ ਦੇ ਲਈ 100 ਰੁਪਇਆ ਸਾਡੇ 15 ਪੁਆਇੰਟ ਰਹੇ ਸਨ ਕੋਟ ਭਾਈ ਕੋਠੇ ਅਹਿਮਦਪੁਰਾ ਦੇ ਔਰ 8 ਪੁਆਇੰਟ ਰਹੇ ਸਨ ਘਾਂਗਾ ਸੈਮੀ ਫਾਈਨਲ ਮੈਚ ਜਲਦੀ ਜਿਹੜੀਆਂ ਟੀਮਾਂ ਗਰਾਊਂਡ 'ਚ ਆ ਜਾਣ ਗੁਰਮੀਤ ਸਿੰਘ ਜੀ ਇੰਚਾਰਜ ਸਾਡੇ ਚੌਂਕੀ ਵਾਲੇ ਵੱਡਾ ਧੰਨਵਾਦ ਹੈ ਪੰਜਾਬ ਪੁਲਿਸ ਦੇ ਮਾਨ ਨੇ ਗੁਰਮੀਤ ਸਿੰਘ ਜੀ ਚੌਂਕੀ ਇੰਚਾਰਜ ਦੱਸ ਦੇ ਲਈ 100 ਰੁਪਏ ਦਾ ਮਾਨ ਸਨਮਾਨ ਜਿਹੜਾ ਭੇਜ ਗਏ ਨੇ ਜਲਦੀ ਦੇ ਨਾਲ ਸੈਮੀ ਫਾਈਨਲ ਮੁਕਾ ਲਈਆਂ ਦੋਨੋਂ ਟੀਮਾਂ ਜਿਹੜੀਆਂ ਗਰਾਊਂਡ 'ਚ ਆ ਜਾਣ ਜੰਡਾ ਵਾਲਾ ਵਿੰਝੂਕਾ ਵਰਸੇ ਦੇ ਖਾਰਾ 2 ਮਿੰਟ ਦੀ ਕਾਲ ਹੈ ਪ੍ਰਬੰਧਕ ਆਖਦੇ ਨਹੀਂ ਫਿਰ ਅਸੀਂ ਟੀਮਾਂ ਕਰ ਦੇਣੀਆਂ ਗੋਰਾ ਚੜਕ ਨਾਲ ਹੀ ਸਾਡੇ ਵੀਰ ਅਰਮਾਨ ਮੋਗਾ ਤੇ ਸੰਦੀਪ ਮੋਗਾ ਇਹਨਾਂ ਦਾ ਵਿਸ਼ੇਸ਼ ਮਾਨ ਸਨਮਾਨ ਹੋਣਾ ਹੈ ਗੋਰਾ ਚੜਕ ਅਰਮਾਨ ਮੋਗਾ ਸੰਦੀਪ ਮੋਗਾ ਇਹਨਾਂ ਖਿਡਾਰੀਆਂ ਨੂੰ ਵਿਸ਼ੇਸ਼ ਜਿਹੜਾ ਮਾਨ ਸਨਮਾਨ ਦਿੱਤਾ ਜਾਣਾ ਹੈ ਜੰਡਾ ਵਾਲਾ ਵਿੰਝੂਗਾ ਤੇ ਖਾਰੇ ਦੀਆਂ ਟੀਮਾਂ ਨੂੰ ਲਾਸਟ 1 ਮਿੰਟ ਦੀ ਕਾਲ ਹੈ ਮੇਰੀ ਵੀਰ ਜਲਦੀ ਟੀਮਾਂ ਗਰਾਊਂਡ 'ਚ ਆਉਣ ਵੱਡਾ ਧੰਨਵਾਦ ਚੌਂਕੀ ਇੰਚਾਰਜ ਗੁਰਮੀਤ ਸਿੰਘ ਜੀ ਪੰਜਾਬ ਪੁਲਿਸ ਔਰ ਉਹਨਾਂ ਦੀ ਸਮੁੱਚੀ ਟੀਮ ਦਾ ਨੰਬਰਦਾਰ ਸਾਹਿਬ ਆਏ ਨਾਲ ਪਲੀਜ਼ ਉੱਧਰ ਗੋਰਾ ਚੜਕ ਉਹਨਾਂ ਨੂੰ ਸਨਮਾਨਿਤ ਕਰਕੇ ਅਸੀਂ ਮਾਣ ਮਹਿਸੂਸ ਕਰਾਂਗੇ ਗੋਰਾ ਚੜਕ ਅਰਮਾਨ ਮੋਗਾ ਉਹ ਵੀ ਆਪਣਾ ਸਨਮਾਨ ਲੈਣ ਅਰਮਾਨ ਮੋਗਾ ਅਰਮਾਨ ਮੋਗਾ ਸੰਦੀਪ ਸਿੰਘ ਕੁਲਦੀਪ ਮੰਤਰੀ ਫਿੱਡੇ ਕਲਾਂ ਵਾਲੇ ਦਾ ਭਾਣਜਾ ਆਪਣਾ ਸਨਮਾਨ ਜਿਹੜਾ ਲੈ ਰਹੇ ਨੇ ਮਾਮਾ ਜੀ ਆਪਣੇ ਸਮੇਂ ਦੇ ਬਹੁਤ ਤਕੜੇ ਖਿਡਾਰੀ ਰਹੇ ਹੈ ਸੰਦੀਪ ਆਪਣਾ ਸਨਮਾਨ ਜਿਹੜਾ ਪ੍ਰਾਪਤ ਕੀਤਾ ਵੱਡਾ ਧੰਨਵਾਦ ਕੀ ਗੱਲ ਆ ਵੀ ਜੰਡਾ ਵਾਲਾ ਬਿੰਦੂ ਕਦੇ ਖਾਰਾ ਕਿਉਂ ਨਹੀਂ ਆਉਂਦੀਆਂ ਟੀਮਾਂ ਜਲਦੀ ਆਓ ਯਾਰ ਟੀਮਾਂ ਸ਼ਕਤੀ ਸੈਮੀ ਫਾਈਨਲ ਮੈਚ ਦੀਆਂ ਟੀਮਾਂ ਜਿਹੜੀਆਂ ਗਰਾਊਂਡ 'ਚ ਆਓ ਪਲੀਜ਼ ਪ੍ਰਬੰਧਕ ਆਖਦੇ ਵੀ 1 ਮਿੰਟ ਆ ਜਲਦੀ ਟੀਮਾਂ ਗਰਾਊਂਡ 'ਚ ਆ ਜਾਣ ਬਿਲਕੁਲ ਜਲਦੀ ਜਿਹੜੀਆਂ ਟੀਮਾਂ ਸੈਮੀ ਫਾਈਨਲ ਮੁਕਾਬਲੇ ਦੀਆਂ ਟੀਮਾਂ ਜਲਦੀ ਗਰਾਊਂਡ 'ਚ ਆ ਜਾਣ ਸੈਮੀ ਫਾਈਨਲ ਮੈਚ ਖਾਰਾ ਵਰਸ ਜੰਡਾ ਵਾਲਾ ਵਿੰਝੂਕਾ ਖਾਰੇ ਦੀ ਟੀਮ ਆ ਗਈ ਜੰਡਾ ਵਾਲਾ ਵਿੰਝੂਕੇ ਦੀ ਟੀਮ ਨੂੰ ਬੇਨਤੀ ਗਿੱਲ ਪ੍ਰਵਾਨ ਜਲਦੀ ਆਓ ਵੀ ਹਨੇਰਾ ਬਹੁਤ ਹੋ ਚੁੱਕਿਆ ਹੈ ਤੇ ਦਰਸ਼ਕ ਵੀ ਬੜੀ ਦੂਰ ਦੂਰ ਤੱਕ ਜਾਣਾ ਹੈ ਜਲਦੀ ਜਿਹੜੀਆਂ ਟੀਮਾਂ ਗਰਾਊਂਡ 'ਚ ਆਓ ਪਲੀਜ਼ ਨਾਲ ਹੀ ਫਾਈਨਲ ਮੈਚ ਤੁਰੰਤ ਹੀ ਕਰਵਾਇਆ ਜਾਊਗਾ ਔਰ ਜਿਹੜਾ ਫਾਈਨਲ ਮੈਚ ਆਪਾਂ ਕਰਵਾਵਾਂਗੇ
ਉਹਨਾਂ ਮੈਚਾਂ ਦੀ ਇੰਟਰੋਡਕਸ਼ਨ ਕਰਨਗੇ ਸਾਡੇ ਵੀਰ ਟਿੱਕਾ ਜੀ। ਸੋ ਉਹਨਾਂ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸਮੁੱਚੀ ਗ੍ਰਾਮ ਪੰਚਾਇਤ ਸਪੋਰਟਸ ਕਲੱਬ ਮੰਚ ਤੇ ਬੈਠੀਆਂ ਸਾਰੀਆਂ ਸਾਡੀਆਂ ਸਤਿਕਾਰਤ ਸ਼ਖਸੀਅਤਾਂ, ਉਹਨਾਂ ਨੂੰ ਗਰਾਊਂਡ ਦੇ ਵੱਲ ਲੈ ਕੇ ਜਦੋਂ ਆਉਣਗੇ ਫਾਈਨਲ ਮੈਚ ਦੇ ਵਿੱਚ ਆਪਾਂ ਇੰਟਰੋਡਕਸ਼ਨ ਕਰਵਾਉਣੀ ਹੈ। ਸੋ ਉਹਨਾਂ ਦੇ ਛੋਟੇ ਭਾਈ ਪਿੰਡਾ ਜੀ, ਹੋਈ ਵੱਡੇ ਭਾਈ ਪਿੰਡਾ ਜੀ, ਟਿੱਕਾ ਜੀ ਬਾਈ ਪੋਲਸੀ ਵਾਲਾ ਸੈੱਟ ਹੋ ਜਾਓ, ਮਲਕੀਰ ਸਿੰਘ ਜੀ ਮਿਸਤਰੀ ਵੱਲੋਂ ਕਬੱਡੀ 365.com ਦੀ ਟੀਮ ਦੇ ਲਈ 100 ਰੁਪਇਆ ਮਾਨ ਸਨਮਾਨ ਹੈ, ਬਹੁਤ ਧੰਨਵਾਦ ਹੈ ਸਾਡੇ ਵੀਰ ਕੁਲਦੀਪ ਮਲਕੀਰ ਸਿੰਘ ਜੀ ਮਿਸਤਰੀ, ਵੱਡਾ ਧੰਨਵਾਦ ਔਰ ਸਮੁੱਚੀ ਟੀਮ ਦਾ ਜਿਹਨਾਂ ਨੇ ਅੱਜ ਦਾ ਇੱਕ ਕਬੱਡੀ ਖੇਡ ਮੇਲਾ ਪੂਰੀ ਦੁਨੀਆ ਭਰ ਵਿੱਚ ਲਾਈਵ ਟੈਲੀਕਾਸਟ ਕੀਤਾ ਹੈ। ਦੁਨੀਆ ਦੇ ਵਿੱਚੋਂ ਬਹੁਤ ਸਾਰੇ ਦਰਸ਼ਕ ਜਿਹੜੇ ਅੱਜ ਦੇ ਇਸ ਕਬੱਡੀ ਖੇਡ ਮੇਲੇ ਨਾਲ ਜੁੜੇ ਹੋਏ ਹੈ, ਕਾਫੀ ਖਿਡਾਰੀਆਂ ਦੇ ਸਾਨੂੰ ਫੋਨ ਕਾਲਸ ਆਏ, ਜਿਹੜੇ ਮੇਰੇ ਵੀਰੋ ਪ੍ਰਦੇਸ਼ਾਂ ਦੇ ਵਿੱਚ ਵਸੇ ਹੈ ਕੁਝ ਖਿਡਾਰੀ, ਕੁਝ ਸਾਡੀ ਜ਼ਿੰਦਗੀ ਦੇ ਪਿਆਰੇ ਸਤਿਕਾਰਯੋਗ ਵੀਰ ਅਵਤਾਰ ਬਰਾੜ ਲੰਘਿਆਣੀਆਂ, ਉਹ ਵੀ ਇਹਨਾਂ ਖੇਡਾਂ ਦੇ ਨਾਲ ਜੁੜਿਆ, ਹਾਂਗਕਾਂਗ ਦੇ ਵਿੱਚ ਬੈਠਾ ਅੱਜ ਦੇ ਇਹਨਾਂ ਮੈਚਾਂ ਦਾ ਆਨੰਦ ਮਾਣ ਰਿਹਾ। ਉਧਰ ਮਲੇਸ਼ੀਆ ਦੀ ਧਰਤੀ ਦੇ ਸੁਖੀਤ ਸਰਾਵਾਂ ਵਾਲੇ ਦਾ ਵੱਡਾ ਵੀਰ ਜਗਸੀਰ ਸਰਾਵਾਂ, ਉਹ ਵੀ ਮਲੇਸ਼ੀਆ ਦੇ ਵਿੱਚ ਇਸ ਟੂਰਨਾਮੈਂਟ ਦੇ ਨਾਲ ਜੁੜਿਆ ਹੋਇਆ। ਇੰਗਲੈਂਡ ਦੇ ਵਿੱਚੋਂ ਜੈਤੋ ਵਾਲਾ ਲਾਡਾ, ਉਹ ਵੀ ਇਹਨਾਂ ਖੇਡਾਂ ਲਈ ਮੁਬਾਰਕਬਾਦ ਭੇਜ ਰਿਹਾ ਹੈ। ਕੈਨੇਡਾ ਦੇ ਵਿੱਚੋਂ ਸ਼ਮਿੰਦਰ ਭਾਊ, ਉਹ ਵੀ ਇਹਨਾਂ ਖੇਡਾਂ ਦੇ ਨਾਲ ਜੁੜਿਆ ਹੋਇਆ। ਯੂਐਸਏ ਦੇ ਵਿੱਚੋਂ ਸਾਡੇ ਵੀਰ ਮਾਨੂਕੇ ਗਿੱਲ ਪਿੰਡ ਦੇ ਕਾਬਲ ਯੂਐਸਏ, ਜੋ ਯੂਐਸਏ ਦੀ ਧਰਤੀ ਤੇ ਵਸੇ ਹੈ, ਉਹ ਵੀ ਇਹਨਾਂ ਖੇਡਾਂ ਨਾਲ ਜੁੜੇ ਹੋਏ ਹੈ। ਉੱਥੇ ਨਾਲ ਹੀ ਮਾਨੂਕੇ ਗਿੱਲ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਲਾਲ ਜੀ, ਮੇਜਰ ਭਲੂਰ ਕਹਿਲਗਿਰੀ ਤੋਂ, ਜਲੰਧਰ ਸਿੰਘ ਸਿੱਧੂ ਐਡਮਿੰਟਨ ਤੋਂ, ਉਹ ਇਹਨਾਂ ਖੇਡਾਂ ਦੇ ਨਾਲ ਜੁੜੇ ਹੋਏ ਹੈ। ਸਾਰੇ ਵੀਰ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ, ਸਾਰਿਆਂ ਦਾ ਵੱਡਾ ਵਿਸ਼ਕਰਮਾ ਐਗਰੀ ਵਰਕਸ ਚੈਂਪੀ ਹੋਰਾਂ ਵੱਲੋਂ ਵਿਸ਼ੇਸ਼ ਧੰਨਵਾਦ ਹੈ ਜਿਨ੍ਹਾਂ ਦਾ ਅੱਜ ਵੱਡਾ ਸਹਿਯੋਗ ਇਹਨਾਂ ਖੇਡਾਂ ਦੇ ਲਈ। ਗੁਰਮੀਤ ਸਿੰਘ ਮੀਤਾ ਵੱਲੋਂ ਕਬੱਡੀ 365.com ਨੂੰ 100 ਰੁਪਇਆ ਮਾਨ ਸਨਮਾਨ ਹੋ ਰਿਹਾ ਹੈ। ਪ੍ਰਦੀਪ ਆਪਣਾ ਮਾਨ ਸਨਮਾਨ ਲੈ ਲਓ ਪਲੀਜ਼। ਕਬੱਡੀ 365.com ਦੀ ਟੀਮ ਦੇ ਲਈ ਗੁਰਮੀਤ ਮੀਤੇ ਵੱਲੋਂ 100 ਰੁਪਏ ਦਾ ਹੋਰ ਵੱਡਾ ਮਾਨ ਹੈ, ਵੱਡਾ ਧੰਨਵਾਦ। ਜੰਡਾ ਵਾਲਾ ਵਿੰਡੂਕਾ ਵਰਸਜ ਖਾਰੀ ਦੀਆਂ ਟੀਮਾਂ ਦਾ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ, ਬਾਹਰ ਬੈਠੇ ਲੋਕੀ ਗੱਲਾਂ ਕਰਦੇ ਨੇ, ਟੀਮਾਂ ਦੋਨੋਂ ਚੰਡੀਆਂ, ਕੌਣ ਖਿੱਚੂ ਗਿੱਟੇ ਤੇ ਕੌਣ ਪਾਊਗਾ ਕਬੱਡੀ ਅੱਜ ਚੁੱਕ ਚੁੱਕ ਕੇ, ਜਿਹਦਿਆਂ ਪੱਟਾਂ ਦੇ ਵਿੱਚ ਜਾਣ ਮਿੱਤਰੋ ਉਹਨੇ ਅੱਜ ਜਾਣਾ ਜਿੱਤ ਕੇ। ਪਰਮੇ ਦੇ ਦਾਦਾ ਜੀ ਸਰਦਾਰ ਗੁਰਚਰਨ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਜੀ, 100 ਰੁਪਏ ਦੱਸ ਦੇ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਹੈ। ਤਾਰੀ ਸਾਊਂਡ ਸਰਵਿਸ ਜੈਤੋ ਦਾ ਵੱਡਾ ਧੰਨਵਾਦ ਹੈ। ਜੇਤੂ ਟੀਮ ਦੇ ਲਈ ਅਵਤਾਰ ਸਿੰਘ ਜੀ ਬੈਂਕ ਮੈਨੇਜਰ, ਉਹਨਾਂ ਵੱਲੋਂ 500 ਰੁਪਇਆ ਆ ਗਿਆ, ਜਿਹੜੀ ਟੀਮ ਜਿੱਤੂਗੀ ਹੁਣ ਵੱਡੇ ਨੋਟ ਆ ਗਏ ਅਵਤਾਰ ਸਿੰਘ ਜੀ।